ਅੱਜ ਅਸੀਂ ਸਵੇਰ ਦੇ ਅਸੀਂ ਰਸੋਈ ਵਿੱਚ ਆਪਣਾ ਦਹੀਂ ਦੀ ਲੱਸੀ ਬਣਾਉਣ ਲੱਗੇ ਹਾਂ ਅਤੇ ਤੁਸੀਂ ਦੇਖੋ ਅਸੀਂ ਲੱਸੀ ਕਿੱਦਾਂ ਤਿਆਰ ਕਰਦੇ ਹਾਂ ਅਤੇ ਨਾਲ ਹੀ ਤੁਸੀਂ ਉਹਨਾਂ 'ਚ ਸਾਡਾ ਜਿਹੜਾ ਚੈਨਲ ਹੈ ਉਹ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਦਬਾਓ ਅਤੇ ਅਸੀਂ ਗੜਵੀ ਵਿੱਚ ਅੱਧਾ ਕਿਲੋ ਸਾਡਾ ਦਹੀਂ ਜਿਹੜਾ ਅਸੀਂ ਜਾਰ 'ਚ ਪਾ ਲਿਆ ਥੋੜ੍ਹਾ ਜਿਹਾ ਪਾਣੀ ਪਾ ਲਾਂਗੇ ਇਹਦੇ ਵਿੱਚ ਹੀ ਅਸੀਂ ਦੋ ਚਾਰ ਪੱਤੇ ਸਿਰਫ ਪੁਦੀਨੇ ਦੇ ਪਾਵਾਂਗੇ ਜਿਹਦੇ ਨਾਲ ਇਹਦੀ ਜਿਹੜੀ ਖੁਸ਼ਬੂ ਹੈ ਬਹੁਤ ਅੱਛੀ ਆਏਗੀ ਅਤੇ ਇਹਦੇ ਵਿੱਚ ਕਿਉਂਕਿ ਅਸੀਂ ਜਿਹੜੀ ਲੱਸੀ ਬਣਾਉਣੀ ਹੈ ਮਿੱਠੀ ਲੱਸੀ ਬਣਾਉਣ ਲੱਗੇ ਹਾਂ ਅਤੇ ਜਿਹੜਾ ਮਿੱਠਾ ਹੈ ਉਹ ਆਪਣੇ ਟੇਸਟ ਦੇ ਮੁਤਾਬਕ ਅਸੀਂ ਇਹਦੇ 'ਚ ਦੋ ਸਪੂਨ ਨੇ ਚੀਨੀ ਦੇ ਪਾ ਦਿੱਤੇ ਔਰ ਅੱਧਾ ਚਮਚ ਇਹਦੇ 'ਚ ਜੀਰਾ ਪਾਊਡਰ ਜਿਹੜਾ ਕਿ ਅਸੀਂ ਪਹਿਲਾਂ ਰੋਸਟ ਕਰਕੇ ਅਤੇ ਆਪਣਾ ਗ੍ਰਾਇੰਡ ਕੀਤਾ ਹੈ ਇਹ ਲੱਸੀ ਜਿਹੜੀ ਹੈ ਬੜੀ ਟੇਸਟੀ ਬਣਦੀ ਹੈ ਅਤੇ ਤੁਸੀਂ ਵੀ ਜ਼ਰੂਰ ਇਸ ਤਰ੍ਹਾਂ ਲੱਸੀ ਬਣਾਉਣਾ ਅਤੇ ਹੁਣ ਅਸੀਂ ਇਸਨੂੰ ਉੱਪਰ ਢੱਕਣ ਦੇ ਕੇ ਦਹੀਂ ਜਿਹੜਾ ਬਿਲਕੁਲ ਫੈਟ ਹੈ ਗਿਆ ਅਤੇ ਜਿਹੜੀ ਲੱਸੀ ਉਹ ਸਾਡੀ ਤਿਆਰ ਹੋ ਗਈ ਹੈ ਅਤੇ ਹੁਣ ਇਹਨੂੰ ਅਸੀਂ ਗਲਾਸਾਂ ਦੇ ਵਿੱਚ ਪਰੋਸਾਂਗੇ ਇਹਦੇ ਲਈ ਅਸੀਂ ਸਟੀਲ ਦੇ ਗਲਾਸ ਲਏ ਨੇ ਜੇ ਬਰਫ਼ ਪਾਣੀ ਚਾਹੋ ਤਾਂ ਬਰਫ਼ ਪਾ ਸਕਦੇ ਹੋ ਕਿਉਂਕਿ ਅਸੀਂ ਜਿਹੜਾ ਦਹੀਂ ਉਹ ਠੰਡਾ ਹੀ ਸੀਗਾ ਇਸ ਕਰਕੇ ਅਸੀਂ ਜਿਹੜੀ ਅਤੇ ਅਸੀਂ ਜਿਹੜੀ ਦਹੀਂ ਜਮਾਇਆ ਸੀਗਾ ਉਹ ਖੱਟਾ ਲਗਾਇਆ ਉਹਦੇ ਉੱਤੋਂ ਅਸੀਂ ਇਹ ਮਲਾਈ ਪਹਿਲਾਂ ਉਤਾਰ ਕੇ ਰੱਖ ਲਈ ਸੀਗੀ ਅਤੇ ਇਹਨੂੰ ਅਸੀਂ ਇਹਨਾਂ ਗਲਾਸਾਂ ਦੇ ਉੱਤੇ ਇੱਦਾਂ ਪਾ ਲਾਂਗੇ ਲੱਸੀ ਸਾਡੀ ਜਿਹੜੀ ਉਹ ਤਿਆਰ ਹੋ ਗਈ ਹੈ ਅਤੇ ਤੁਸੀਂ ਵੀ ਜ਼ਰੂਰ ਇਸ ਤਰ੍ਹਾਂ ਲੱਸੀ ਜਿਹੜੀ ਹੈ ਬਣਾ ਕੇ ਪੀਓ ਬੜੀ ਹਾਜ਼ਮੇਦਾਰ ਹੈ ਵਿੱਚ ਪੁਦੀਨਾ ਪਾਇਆ ਅਤੇ ਨਾਲ ਅਸੀਂ ਜੀਰਾ ਪਾਇਆ ਅਤੇ ਚੈਨਲ ਸਾਡਾ ਜ਼ਰੂਰ ਸਬਸਕ੍ਰਾਈਬ ਕਰਨਾ ਅਤੇ ਇਸ ਤਰ੍ਹਾਂ ਅਸੀਂ ਫਿਰ ਆਪਣਾ ਨਵੀਂ ਰੈਸਪੀ ਲੈ ਕੇ ਫਿਰ ਆਵਾਂਗੇ ਉਹਨੇ ਦੇਰ ਲਈ ਸਾਹਿਬ ਜਾ ਜੀ।